أرزنا الأمانة على السماوات والأرض والجبال فأبين أن يحملنها وأشفقنا منها وحملها الإنسان إنه كان ظلوما جهولا اللہ فرمے دے دنیا کائنات دے لوگو بے شک میں اللہ پاک نے ਈ ਕਿਤਾਬ ਕੋ ਪਹਾੜ ਦੇ ਉੱਤੇ ਨਾਜ਼ਲ ਕੀਤੇ ਮੀ ਪਹਾੜ ਨੇ ਈ ਕਿਤਾਬ ਕੋ ਘਿੰਨਣ ਵਾਸਤੇ ਇਨਕਾਰ ਕਰ ਦਿੱਤੇ ਵਲ ਮੈਂ ਅੱਲਾ ਪਾਕ ਨੇ ਜ਼ਮੀਨ ਦੇ ਉੱਤੇ ਨਾਜ਼ਲ ਕੀਤੇ ਮੀ ਆਪਣੀ ਅਮਾਨਤ ਜ਼ਮੀਨ ਕੋ ਪਿਆ ਦੇਂਦਾ ਜ਼ਮੀਨ ਵੀ ਆਪਣੀ ਅਮਾਨਤ ਘਿੰਨਣ ਵਾਸਤੇ ਤਿਆਰ ਨਹੀਂ ਜ਼ਮੀਨ ਨੇ ਵੀ ਇਨਕਾਰ ਕਰ ਦਿੱਤੇ ਅੱਲਾ ਫਰਮੈਂਦੇ ਮੈਂ ਅੱਲਾ ਪਾਕ ਨੇ ਆਪਣੀ ਅਮਾਨਤ ਅਸਮਾਨ ਕੋ ਦੇਵਣ ਚਾਹੁੰਦਾ ਲੇਕਿਨ ਅਸਮਾਨ ਵੀ ਇਨਕਾਰ ਕਰ ਦਿੱਤੇ ਲੇਕਿਨ ਇਨਸਾਨ ਦੀ ਜਲੇ ਵੇਲੇ ਵਾਰੀ ਆਈਏ ਇਨਸਾਨ ਨੇ ਅਮਾਨਤ ਕੋ ਘਿੰਨ ਗਿਦੇ ਇਨਹੁ ਕਾਨ ਜ਼ਲੂਮਨ ਜਹੂਲਾ ਇਨਸਾਨ ਆਖੇ ਮੈਂ ਈ ਕਿਤਾਬ ਕੋ ਪੜਸਾ ਮੈਂ ਈ ਕਿਤਾਬ ਕੋ ਚੈਦਾ ਪੀਆਂ ਲੇਕਿਨ ਇਨਸਾਨ ਹੱਕ ਅਦਾ ਨਹੀਂ ਕਰ ਸਕਿਆ ਇਹਦੇ ਤਿਲਾਵਤ ਕਰਨ ਦੇ ਅੰਦਰ ਇਹਦੇ ਨਾ ਈ ਕੋ ਪੜ੍ਹਨ ਦੇ ਉੱਤੇ ਇਹਦੇ ਉੱਤੇ ਅਮਲ ਕਰਨ ਦੇ ਨਾਲ ਨਬੀ ਪਾਕ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਜਿਸ ਵਕਤ ਕੁਰਾਨ ਕਰੀਮ ਕੋ ਪੜ੍ਹਦੇ ਹਨ ਕੁਰਾਨ ਕਰੀਮ ਦੀ ਤਿਲਾਵਤ ਕਰਦੇ ਹਨ ਅੱਲਾ ਦੇ ਪੈਗੰਬਰ ਦਾ ਕੁਰਾਨ ਸੁਣ ਕੇ ਗੈਰ ਮੁਸਲਿਮ ਵੀ ਮੁਸਲਮਾਨ ਥੀ ਵੇਂਦੇ ਹਨ ਈਮਾਨ ਘਿੰਨਦੇ ਹਨ ਹੁਣ ਤਵੱਜੋ ਕਰੀ ਅੱਲਾ ਦੇ ਮਹਬੂਬ ਪੈਗੰਬਰ ਇੱਕ ਦੀਵਾਰ ਕੁਰਾਨ ਬੈਠੇ ਪੜ੍ਹਦੇ ਨਾ ਕੁਰਾਨ ਦੀ ਤਿਲਾਵਤ ਬੈਠੇ ਕਰਦੇ ਨਾ ਹਜ਼ਰਤ ਉਸੈਦ ਬਿਨ ਹੁਜ਼ੈਰ ਰਜ਼ੀ ਅੱਲਾਹੁ ਤਾਲਾ ਅਨਹੁਮ ਨਬੀ ਪਾਕ ਅਲੈਹਿ ਸਲਾਤੁ ਸਲਾਮ ਦਾ ਕੁਰਾਨ ਸੁਣ ਕੇ ਮੁਸਲਮਾਨ ਥੀ ਵੇਂਦੇ ਨਾ ਵਲ ਹਜ਼ਰਤ ਉਸੈਦ ਰਜ਼ੀ ਅੱਲਾਹੁ ਤਾਲਾ ਅਨਹੁ ਇੱਕ ਦਿਵਾਰ ਰਾਤ ਦਾ ਟਾਈਮ ਏ ਆਪਣੇ ਘਰ ਦੇ ਅੰਦਰ ਕੁਰਾਨ ਕਰੀਮ ਦੀ ਤਿਲਾਵਤ ਬੈਠੇ ਕਰਦੇ ਨਾ ਖੂਬਸੂਰਤ ਆਵਾਜ਼ ਦੇ ਨਾਲ ਵਰਤਿਲ ਕੁਰਾਨ ਤਰਤੀਲਾ ਤਰਤੀਬ ਦੇ ਨਾਲ ਅਹਿਸਤਾ ਅਹਿਸਤਾ ਕੁਰਾਨ ਮੁਕੱਦਸ ਦੀ ਤਿਲਾਵਤ ਬੈਠੇ ਕਰੇ ਦੇਣਾ ਹਜ਼ਰਤ ਉਸੈਦ ਦਾ ਬੇਟਾ ਵੀ ਨਾਲ ਸੁੱਤਾ ਹੋਇਆ ਏ ਔਰ ਨਾਲ ਇਹਨੇ ਦਾ ਘੋੜਾ ਵੀ ਬੱਧਾ ਹੋਇਆ ਏ ਜਿਸ ਵਕਤ ਹਜ਼ਰਤ ਉਸੈਦ ਰਜ਼ੀ ਅੱਲਾਹੁ ਤਾਲਾ ਅਨਹੁ ਕੁਰਾਨ ਕਰੀਮ ਦੀ ਤਿਲਾਵਤ ਕਰੇ ਦੇਣਾ ਆਸਮਾਨ ਤੋਂ ਡੂ ਫਰਿਸ਼ਤੇ ਆਉਂਦੇ ਨਾ ਆਸਮਾਨ ਤੋਂ ਡੂ ਲਾਈਟਾਂ ਆਉਂਦੇ ਨਾ ਹਜ਼ਰਤ ਉਸੈਦ ਰਜ਼ੀ ਅੱਲਾਹੁ ਤਾਲਾ ਅਨਹੁ ਕੁਰਾਨ ਕਰੀਮ ਪੜ੍ਹਦੇ ਬੈਠੇ ਨਾ ਇਹਨੇ ਦਾ ਘੋੜਾ ਹਰਕਤ ਕਰਨ ਲੱਗੇ ਇਹਨੇ ਕੁਰਾਨ ਕਰੀਮ ਦੀ ਤਿਲਾਵਤ ਛੋੜ ਦਿੱਤੀ ਏ ਤਾਂ ਕਿ ਮੇਰੇ ਬੇਟੇ ਕੋ ਇਹ ਘੋੜਾ ਨੁਕਸਾਨ ਨਾ ਪਹੁੰਚਾਵੇ ਤਾਂ ਕਿ ਮੇਰੇ ਬੇਟੇ ਕੋ ਤਕਲੀਫ ਨਾ ਆਵੇ ਹਜ਼ਰਤ ਉਸੈਦ ਰਜ਼ੀ ਅੱਲਾਹੁ ਤਾਲਾ ਅਨਹੁ ਨੇ ਜਿਸ ਵਕਤ ਕੁਰਾਨ ਕਰੀਮ ਦੀ ਤਿਲਾਵਤ ਕਰਨ ਬੰਦ ਕੀਤੇ ਇਹ ਘੋੜਾ ਵੀ ਆਰਾਮ ਕਰ ਗਏ ਬਸ ਥੋੜੀ ਦੇਰ ਗੁਜ਼ਰਨ ਦੇ ਬਾਅਦ ਹਜ਼ਰਤ ਉਸੈਦ ਰਜ਼ੀ ਅੱਲਾਹੁ ਤਾਲਾ ਅਨਹੁ ਕੁਰਾਨ ਕਰੀਮ ਦੀ ਤਿਲਾਵਤ ਕਰਦੇ ਨਾ ਵੱਤ ਥੋੜੀ ਦੇਰ ਦੇ ਬਾਅਦ ਇਹ ਘੋੜਾ ਹਰਕਤ ਦੇ ਅੰਦਰ ਆਵੇਂਦੇ ਤ੍ਰਾਏ ਮਰਤਬਾ ਹਜ਼ਰਤ ਉਸੈਦ ਰਜ਼ੀ ਅੱਲਾਹੁ ਤਾਲਾ ਅਨਹੁ ਨੇ ਕੁਰਾਨ ਕਰੀਮ ਦੀ ਤਿਲਾਵਤ ਕਰਨ ਦੀ ਕੋਸ਼ਿਸ਼ ਕੀਤੀ ਏ ਆਪਣੀ ਜਾਗ ਲੈ ਉੱਠ ਕੇ ਆਏ ਨਾ ਅਸਮਾਨ ਦੋ ਡੇ ਦੇਣਾ ਡੂ ਲਾਈਟਾਂ ਵੇਂਜਾਂ ਪੈਣਾ ਡੂ ਬੈਠਿਆ ਅਸਮਾਨ ਦੀ ਤਰਫ ਰਵਾਨ ਦਵਾਇਨਾ ਹਜ਼ਰਤ ਉਸੈਦ ਰਜ਼ੀ ਅੱਲਾਹੁ ਤਾਲਾ ਅਨਹੁ ਨਬੀ ਪਾਕ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਦੇ ਸਾਹਮਣੇ ਆ ਗਏ ਆ ਕੇ ਆਖਣ ਲੱਗੇ ਅੱਲਾ ਦੇ ਮਹਬੂਬ ਪੈਗੰਬਰ ਮੈਂ ਜਿਸ ਵਕਤ ਰਾਤ ਕੁਰਾਨ ਕਰੀਮ ਦੀ ਤਿਲਾਵਤ ਬੈਠਾ ਕਰਦਾ ਹਾਂ ਮੀ ਇਹ ਮਾਮਲਾ ਮੇਰੇ ਨਾਲ ਥਾਏ ਇਹ ਮੁਆਜਰਾ ਮੇਰੇ ਨਾਲ ਥਾਏ ਅੱਲਾ ਦੇ ਪੈਗੰਬਰ ਨੇ ਫਰਮਾਏ ਆਏ ਉਸੈਦ ਤੈਕੂ ਕਿਆ ਪਤਾ ਤੂੰ ਇਤਲਾ ਪਿਆਰੀ ਆਵਾਜ਼ ਦੇ ਨਾਲ ਇਤਲਾ ਤਰਤੀਬ ਦੇ ਨਾਲ ਕੁਰਾਨ ਕਰੀਮ ਦੀ ਤਿਲਾਵਤ ਬੈਠਾ ਕਰੇਂਦਾ ਹਾਂ ਅਸਮਾਨ ਤੋਂ ਫਰਿਸ਼ਤੇ ਤੇਰਾ ਕੁਰਾਨ ਸੁਣਨ ਵਾਸਤੇ ਜ਼ਮੀਨ ਦੇ ਉੱਤੇ ਲਹੇ ਆਏ ਨੇ।
جڑا بندہ قرآن کریم دی تلاوت کرے اور ترتیب دے نال قرآن کریم کو پڑھے اتنا قرآن کریم دے پڑھن دے نال تاثیر اندی اے کہ آسمان تو فرشتے نازل تھی ویندے نی بندے دا قرآن سنن واسطے تساں اساں قرآن کریم دی تلاوت نہیں کریں دے اساں تساں غفلت دے اندر زندگی پہ گزرے دے ہیں باقی سارا کاروبار وی تھیندا پئے سارے لین دین وی تھیندے پئے اساں اپنے گھر کوئی ٹائم دتی پئے ہیں اپنے موبائل کوئی ٹائم دتی پئے ہیں تواڈے ساڈے واسطے اگر ٹائم کائنی قرآن کریم کو پڑھن واسطے ٹائم کائنی جیڑا بندہ قرآن کریم کو پڑھ دے اللہ فرمیندے ایک لفظ پڑھ دے میں اللہ پاک ہی دے کو دا نیکیاں عطا کر دیندا دا درجات بلند کر دیندا دا گناہی بندے دے معاف کر دیندا حضرات رمضان المبارک دا ببرکت مہینہ ایندے اندر تو کو ساکو سب تو زیادہ قرآن کریم دے تلاوت کرنی چاہی دیئے قرآن کریم دے اوتے ساکو عمل کرنا چاہی دائے تراوی دے اندر قرآن کریم کو سننا چاہی دائے والا دیکھو اللہ پاک توارے اور ساری زندگی دے اندر کیمیں بہارا عطا فرمے دے جڑے جڑے لوگ قرآن کریم دے نال محبت کرے دے ہن قرآن کریم دے نال پیار کرے دے ہن وقت اللہ بھی انہیں دے نال محبت کرے دہا اللہ دے رسول بھی انہیں لوگ دے نال محبت کرے دہا اللہ پاک کے دعائے اللہ میں کو اور تو کو قرآن کریم دے اتے صحیح عمل کرن دی توفیق عطا فرماوے وآخر دعوانا ان الحمدللہ رب